अस्सलाम वालेकुम नाज़रीन, अज असीं तुहाडे वास्ते एक नवीं वीडियो लैके आए हैं। असीं अज आए हैं रेलवे ट्रैक ते। लोकेशन हैगी है बावल नगर दी। रेलवे ट्रैक ते असीं आए हैं। इत्थे लोग कहिंदे ने कि नाल एक इत्थे कब्रस्तान भी हैगा, ते अज असीं देखने अज इत्थे की हैगा। रात दा तकरीबन 11 बजे दा टाइम है। कहिंदे इत्थे रेलवे ट्रैक ते कोई फिरदा है, इत्थे जिन्ना भूत है। तुम दिखाने अज असी खुद भी देखने है भी कि नहीं। तो साड़ी वीडियो नू लाइक करा जे, शेयर करा जे, कमेंट करके सानू दस्सा जे वीडियो साड़ी पसंद आई कि नहीं। तो सबसक्राइब करा जे, बैल आइकॉन के बटन प्रेस कर दे, साड़े आने वाली वीडियो तुहाडे कोल आसानी नाल पहुँच जाए। चलो नाज़रीन असी स्टार्ट करने हां। से देख सकते जे कि इन्हें रेलवे ट्रैक के आसे पासे जंगल ही जंगल है। तुसी देख सकते एक जंगल ही जंगल हैगा। इत की तुसी देख सकते कि पूरा पौधा ही हिल रहा है। तो असीं पौधे रहे पूरे आसे पासे हिल फिर गए हैं, लेकिन सानू कोई शह नज़र नहीं आ रही। नाज़रीन तुसी देख सकते कि पौधा आप ही हिल रहा है वाला। असीं नाज़रीन तो पिछे जाने, असीं इस साइड ते आंदे नहीं क्योंकि अगे काफ़ी सारे पौधे वगैरह लगे हुए ने, तो एवं कोई खतरा ही ना हो ज़्यादा इत्थे। कभी पौधा हिलन लग जाता है, कभी बंद हो जाता है। नादरीन तुसी देख सकते हैं पौधा हिलना बंद हो गया। तुसी देख सकते एक डिकड़े बड़े दरख्त लगे हुए ने, दूरों ही बड़े डरावने लग रहे ने वाले। नाज़रीन इत्थे तां काफ़ी हनेरा है, तो खौफ भी आता पिया। तुसी देख सकते जी कि दरख्त के कोल किसी शहर का जिवें कोई खत वगैरह निकलिया है। तुसी देख सकते जी
ਅਸੀਂ ਜਿਹੜੇ ਦਰਖਤ ਜਾਂ ਪੌਦੇ ਕੋਲ ਜਾਂਦੇ ਹਿੱਲਣਾ ਸ਼ੁਰੂ ਹੋ ਜਾਂਦਾ, ਇਹ ਤਾਂ ਕੋਈ ਨਿਕਲੋ ਇੱਥੋਂ, ਇਹ 'ਚ ਕੁਛ ਹੈਗੀ, ਭੱਜੋ। ਨਾਜ਼ਰੀਨ ਅਸੀਂ ਉੱਥੇ ਅੱਗੇ ਨਹੀਂ ਜਾ ਸਕਦੇ, ਤਾਂ ਕੋਈ ਨਹੀਂ, ਕੋਈ ਸ਼ੈਅ ਹੈ ਜ਼ਰੂਰ, ਅਤੇ ਅਸੀਂ ਤੁਹਾਨੂੰ ਦੂਸਰਾ ਇਲਾਕਾ ਦਿਖਾਉਂਦੇ ਹਾਂ। ਤੁਸੀਂ ਦੇਖ ਸਕਦੇ ਦਰਖਤ ਫਿਰ ਹਿੱਲਣੇ ਸ਼ੁਰੂ ਹੋ ਗਏ। ਨਾਜ਼ਰੀਨ ਹੁਣ ਅਸੀਂ ਇੱਥੋਂ ਅੱਗੇ ਚੱਲਣੇ, ਇਸ ਜਗ੍ਹਾ 'ਤੇ ਨਾਲ ਇੱਥੇ ਅਗਲੀ ਸਾਈਡ 'ਤੇ ਕਬਰਸਤਾਨ ਵੀ ਹੈ। ਜੇ ਦੇਖ ਸਕਦੇ ਆ ਰੇਲਵੇ ਟਰੈਕ ਹੈਗਾ, ਨਾਜ਼ਰੀਨ ਹੁਣ ਅਸੀਂ ਇੱਥੇ ਇੱਕ ਖੂਹ ਵੀ ਹੈਗਾ ਪੁਰਾਣਾ। ਮੇਨ ਮਸਲਾ ਤਾਂ ਉਸ ਖੂਹ ਦੇ ਉੱਤੇ ਜਿਹੜੀ ਛੱਤ ਹੈ ਉਹਦੇ ਵਿੱਚ ਹੈ, ਲੇਕਿਨ ਉਹਦੇ ਉਹਨਾਂ ਨੇ ਦਰਵਾਜ਼ਾ ਲਗਾ ਕੇ ਤਾਲਾ ਲਗਾਇਆ ਉੱਥੇ, ਅਸੀਂ ਉੱਪਰ ਨਹੀਂ ਜਾ ਸਕਦੇ, ਤੁਹਾਨੂੰ ਬਾਹਰੋਂ ਹੀ ਦਿਖਾ ਸਕਦੇ ਅਸੀਂ।
ਨਾਜ਼ਰੀਨ ਆ ਤੁਸੀਂ ਦੇਖ ਸਕਦੇ ਜੀ ਕਿ ਇਹ ਉਹ ਖੂਹ ਹੈ, ਇਹਦੀ ਉਸ ਛੱਤ ਦੇ ਉੱਪਰ ਕੋਈ ਸ਼ਾਇਦ ਕੋਈ ਨਾ ਕੋਈ ਨਜ਼ਰ ਆਉਂਦੀ ਰਹਿੰਦੀ ਕਿਸੇ ਨੂੰ ਸਫੈਦ ਕੱਪੜਿਆਂ 'ਚ। ਤੁਸੀਂ ਦੇਖ ਸਕਦੇ ਜੀ ਕਿ ਜਿਹੜੀਆਂ ਲਾਈਟਾਂ ਚੱਲ ਰਹੀਆਂ ਨੇ, ਦੂਰ ਦੂਰ ਇਹ ਕਬਰਸਤਾਨ ਹੈ, ਪਰ ਨਾਜ਼ਰੀਨ ਅਸੀਂ ਦੂਸਰੀ ਸਾਈਡ ਦੇ ਗਏ ਸੀ ਜਿੱਧਰ ਕਾਫੀ ਘਣੇ ਸਾਰੇ ਪੌਦੇ ਵਗੈਰਾ ਹੈਗੇ ਨੇ। ਉੱਥੇ ਇੱਕ ਸਾਨੂੰ ਦਰਖਤ ਦੇ ਮਗਰ ਹੱਥ ਜਿਹਾ ਵੀ ਨਜ਼ਰ ਆਇਆ, ਜਿਸ ਤਰ੍ਹਾਂ ਕੋਈ ਆਦਮੀ ਖੜਾ ਹੁੰਦਾ ਹੈ, ਅੱਲਾ ਅਲਮ ਉਹ ਆਦਮੀ ਸੀ ਜਾਂ ਕੋਈ ਕੋਈ ਜੜੂ ਸੀ ਚੜੇਲ ਸੀ, ਸਾਨੂੰ ਇਸ ਗੱਲ ਦਾ ਇਲਮ ਨਹੀਂ ਹੈਗਾ। ਲੇਕਿਨ ਅਸੀਂ ਉੱਥੋਂ ਭੱਜੇ ਆਏ ਹਾਂ ਵਾਪਸ, ਅਸੀਂ ਦੂਸਰੀ ਸਾਈਡ 'ਤੇ ਆ ਗਏ ਹਾਂ। ਤੁਸੀਂ ਦੇਖ ਸਕਦੇ ਆ ਅੱਖਾਂ ਦੇ ਵਿੱਚ ਵੀ ਕੋਈ ਸ਼ੈ ਬੈਠੀ ਹੋਈ ਹੈ ਇੱਥੇ। ਨਾਲੇ ਨਾ ਤੁਸੀਂ ਦੇਖ ਸਕਦੇ ਇੱਥੇ ਵੀ ਪੌਦੇ ਵਗੈਰਾ ਹੈਗੇ ਪਏ ਨੇ। ਨਾਜ਼ਰੀਨ ਅਸੀਂ ਇੱਥੋਂ ਵਾਪਸ ਚੱਲਦੇ ਹੁਣ, ਕਿਉਂਕਿ ਟਾਈਮ ਕਾਫੀ ਜ਼ਿਆਦਾ ਹੋ ਗਿਆ, ਤਕਰੀਬਨ 11:30 ਵਜੇ ਦਾ ਟਾਈਮ ਹੈਗਾ। ਅਤੇ ਇੱਥੇ ਨਾਲ ਕਬਰਸਤਾਨ ਵੀ, ਜ਼ਿਆਦਾ ਦੇਰ ਇੱਥੇ ਖਲੋਣਾ ਮੁਨਾਸਿਬ ਨਹੀਂ ਹੈਗਾ। ਨਾਜ਼ਰੀਨ ਤੁਸੀਂ ਇਹ ਦੇਖ ਸਕਦੇ ਰੇਲਵੇ ਟਰੈਕ ਦੀ ਇਹ ਇਮਾਰਤ ਹੈ, ਕਾਫੀ ਪੁਰਾਣੀ, ਇਹ ਬੰਦ ਪਈ, ਇਹਨੂੰ ਹਰ ਤਰਫੋਂ ਤਾਲੇ ਲੱਗੇ ਹੋਏ ਨੇ। ਅਸੀਂ ਨਾਜ਼ਰੀਨ ਹੁਣ ਵਾਪਸ ਚੱਲਦੇ ਹਾਂ, ਤੁਹਾਨੂੰ ਲੋਕੇਸ਼ਨ ਦੁਬਾਰਾ ਦੱਸ ਦਿੰਦੇ ਹਾਂ। ਅਸੀਂ ਬਹਾਵਲਨਗਰ ਰੇਲਵੇ ਟਰੈਕ 'ਤੇ ਆਏ ਹਾਂ ਨਾਜ਼ਰੀਨ, ਹੁਣ ਅਸੀਂ ਇੱਥੋਂ ਵਾਪਸ ਚੱਲਦੇ ਹਾਂ। ਸਾਨੂੰ ਇਜਾਜ਼ਤ ਦੇਵੋ, ਜਿੰਨੀ ਕੁ ਹੋ ਸਕੇ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਦਿੱਤੀ, ਲੇਕਿਨ ਅਸੀਂ ਜ਼ਿਆਦਾ ਦੇਰ ਇੱਥੇ ਨਹੀਂ ਖਲੋ ਸਕਦੇ। ਤੁਸੀਂ ਵੀਡੀਓ ਸਾਡੀ ਸ਼ੁਰੂ ਤੋਂ ਲੱਗ ਕੇ ਐਂਡ ਤੱਕ ਜ਼ਰੂਰ ਵੇਖਣਾ, ਕਿਉਂਕਿ ਇੱਥੇ ਹਕੀਕਤ ਦੇ ਵਿੱਚ ਕੋਈ ਚੀਜ਼ਾਂ ਹੈ ਨੇ।
ਨਾਜ਼ਰੀਨ ਹੁਣ ਅਸੀਂ ਇੱਥੋਂ ਵਾਪਸ ਚੱਲਦੇ ਹਾਂ। ਅੱਲਾ ਹਾਫਿਜ਼, ਸਾਡੀ ਵੀਡੀਓ ਜ਼ਰੂਰ ਦੇਖਿਆ ਜੇ।